ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਅੱਜ ਅਸੀਂ ਨਵਾਂ ਸ਼ਹਿਰ ਆਫਿਸ ਦੇ ਵਿੱਚ ਮਲਟੀ ਕੰਟਰੀ ਐਜੂਕੇਸ਼ਨ ਫੇਅਰ ਲਗਾ ਰਹੇ ਹਾਂ ਜਿੱਥੇ ਸਟੂਡੈਂਟਸ ਨੂੰ ਅਸੀਂ ਵੱਖ ਵੱਖ ਕੰਟਰੀਆਂ ਦੇ ਵਿੱਚ ਆਪਾਂ ਸਟੱਡੀ ਵੀਜ਼ੇ 'ਤੇ ਕਿਵੇਂ ਜਾ ਸਕਦੇ ਨੇ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇ ਰਹੇ ਹਾਂ। ਖਾਸੀਅਤ ਇਸ ਫੇਅਰ ਦੀ ਇਹ ਆ ਕਿ ਅਸੀਂ ਕਾਲਜਿਸ ਅਤੇ ਯੂਨੀਵਰਸਿਟੀ ਅਫੀਸ਼ੀਅਲਸ ਬੁਲਾਏ ਨੇ ਜਿਹਦੇ ਨਾਲ ਸਟੂਡੈਂਟਸ ਡਾਇਰੈਕਟਲੀ ਇੰਟਰੈਕਟ ਕਰ ਸਕਦੇ ਨੇ ਔਰ ਆਪਦੀ ਜਿਹੜੀ ਕੁਐਰੀਜ਼ ਆ ਉਹ ਡਾਇਰੈਕਟਲੀ ਯੂਨੀਵਰਸਿਟੀਜ਼ ਅਤੇ ਕਾਲਜਿਸ ਦੇ ਨਾਲ ਕਲੀਅਰ ਕਰ ਸਕਦੇ ਨੇ। ਇਸ ਤੋਂ ਇਲਾਵਾ ਸਾਡੇ ਜਿਹੜੇ ਐਕਸਪਰਟਸ ਨੇ ਕੌਂਸਲਰਸ ਨੇ ਉਹ ਵੀ ਉਹਨਾਂ ਨੂੰ ਸਾਰੀ ਜਾਣਕਾਰੀ ਦੇਣਗੇ। ਸਟੂਡੈਂਟਸ ਦੇ ਲਈ ਇਹ ਬੈਨੀਫਿਟ ਆ ਕਿ ਸਟੂਡੈਂਟਸ ਨੂੰ ਪ੍ਰੋ ਐਂਡ ਕੌਨਸ ਜਿਹੜੇ ਹੁੰਦੇ ਨੇ ਜਦੋਂ ਆਪਾਂ ਕੋਈ ਕੇਸ ਅਪਲਾਈ ਕਰਦੇ ਹਾਂ ਅਗਰ ਉਹ ਪਤਾ ਲੱਗ ਜਾਣ ਤਾਂ ਉਹ ਆਪਦਾ ਜਿਹੜਾ ਕੇਸ ਆ ਵਧੀਆ ਏਜੰਟ ਨੂੰ ਦੇ ਸਕਦੇ ਹਾਂ। ਜ਼ਰੂਰੀ ਨਹੀਂ ਹੈਗਾ ਕਿ ਸਾਡੇ ਕੋਲ ਫਾਈਲ ਲਗਾਉਣੀ ਉਹਨਾਂ ਨੇ, ਅਗਰ ਕਿਤੇ ਹੋਰ ਵੀ ਫਾਈਲ ਲਗਾਈ ਹੋਈ ਆ ਅਤੇ ਕੋਈ ਉਹ ਫਰਦਰ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਉਹ ਵੀ ਇੱਥੇ ਆ ਕੇ ਲੈ ਸਕਦੇ ਨੇ। ਇਸ ਤੋਂ ਬਾਅਦ ਸਾਡਾ ਕੱਲ੍ਹ ਜਿਹੜਾ ਐਜੂਕੇਸ਼ਨ ਫੇਅਰ ਹੈਗਾ ਲੁਧਿਆਣਾ ਹੈਗਾ, 16 ਨੂੰ ਚੰਡੀਗੜ੍ਹ, 17 ਨੂੰ ਹੁਸ਼ਿਆਰਪੁਰ, 18 ਨੂੰ ਜਲੰਧਰ ਆ ਜੀ। ਚੰਡੀਗੜ੍ਹ ਜਿਹੜਾ ਅਸੀਂ ਫੇਅਰ ਲਗਾ ਰਹੇ ਹਾਂ ਉਹ ਹੋਟਲ ਪਿਕਾਲੀ ਚਲਾ ਰਹੇ ਹਾਂ, ਉੱਥੇ ਵੀ ਅਗਰ ਕੋਈ ਕਿਸੇ ਨੇ ਅੱਜ ਮਿਸ ਕਰ ਲਿਆ ਹੋਵੇ ਆਪਣਾ ਉਹ ਚੰਡੀਗੜ੍ਹ ਆ ਕੇ ਵੀ ਆਪਦੀ ਇਨਫੋਰਮੇਸ਼ਨ ਲੈ ਸਕਦਾ। ਬਾਕੀ ਅਗਰ ਤੁਸੀਂ ਕੋਈ ਹੋਰ ਕੁਐਸਚਨ ਪੁੱਛਣਾ ਹੈਗਾ ਤੁਸੀਂ ਪੁੱਛ ਸਕਦੇ ਹੋ। ਮਲਟੀ ਕੰਟਰੀਜ਼ ਦੀ ਗੱਲ ਕੀਤੀ ਹੈ, ਕਿਹੜੀ ਕਿਹੜੀ ਕੰਟਰੀ ਕੋਈ ਸਪੈਸੀਫਿਕ ਕੰਟਰੀ ਦੱਸ ਸਕਦੇ ਹੋ ਕਿੱਧਰ ਰੁਝਾਨ? ਸਪੈਸੀਫਿਕ ਜੀ ਆਸਟ੍ਰੇਲੀਆ, ਯੂਕੇ, ਕੈਨੇਡਾ ਔਰ ਜਰਮਨੀ ਅਤੇ ਯੂਰੋਪੀਅਨ ਕੰਟਰੀਜ਼ ਹੈਗੀਆਂ ਸਾਡੇ ਕੋਲ ਲਾਤਵੀਆ, ਪੋਲੈਂਡ, ਹੰਗਰੀ, ਇਹਨਾਂ ਤਿੰਨਾਂ ਕੰਟਰੀਜ਼ ਵੀ ਸਟੂਡੈਂਟਸ ਅਗਰ ਜਾਣਾ ਚਾਹੁੰਦੇ ਆ ਤਾਂ ਆ ਪੁੱਛ ਸਕਦੇ ਨੇ। ਜਰਮਨੀ ਵਿੱਚ ਕੀ ਖਾਸ ਹੈ? ਜਰਮਨੀ ਦੇ ਵਿੱਚ ਦੇਖੋ ਜੀ ਫਿਲਹਾਲ ਜਿਹੜਾ ਵੀਜ਼ਾ ਸੀ ਅਪਲਾਈ ਕਰ ਸਕਦੇ ਹੋ ਮਾਸਟਰ ਕਰਨ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ ਉਹਨਾਂ ਦਾ ਅਪਲਾਈ ਕਰ ਸਕਦੇ ਆ। ਜਰਮਨੀ ਦੇ ਵਿੱਚ ਖਾਸ ਦੀ ਗੱਲ ਇਹ ਕਰੀਏ ਕਿ ਵਿਦਾਊਟ ਆਇਲ ਸਟੂਡੈਂਟ ਜਾ ਸਕਦਾ, ਅਗਰ ਗੈਪ ਹੈਗਾ 10 ਤੋਂ 12 ਸਾਲ ਦਾ ਸਟੂਡੈਂਟਸ ਦਾ ਉਹ ਵੀ ਅਪਲਾਈ ਕਰ ਸਕਦਾ। ਸੋ ਇਹ ਇਸ ਤਰ੍ਹਾਂ ਦੇ ਸਟੂਡੈਂਟ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ, ਗੈਪ ਜ਼ਿਆਦਾ ਹੋ ਗਿਆ, ਉਹ ਜਰਮਨੀ ਅਪਲਾਈ ਕਰ ਸਕਦਾ 10 ਤੋਂ 12 ਸਾਲ ਦਾ ਆਫਟਰ ਗ੍ਰੈਜੂਏਸ਼ਨ। ਚਾਰਜਿਸ ਤਾਂ ਦੇਖੋ ਰਜਿਸਟ੍ਰੇਸ਼ਨ ਚਾਰਜਿਸ ਸਾਡੇ ਹੈਗੇ ਨੇ, ਬਟ ਅਗਰ ਕੋਈ ਫੇਅਰ ਦੇ ਵਿੱਚ ਜਾਂ ਫੇਅਰ ਦੇ 1-2 ਦਿਨ ਬਾਅਦ ਰਜਿਸਟਰਡ ਕਰਾਉਂਦਾ ਤਾਂ ਅਸੀਂ ਉਹਨੂੰ 50% ਦਾ ਡਿਸਕਾਊਂਟ ਦੇ ਰਹੇ ਹਾਂ। ਲਾਤਵੀਆ ਦੇਖੋ ਜੀ 8-8.5 ਲੱਖ ਰੁਪਏ ਤੱਕ ਸਟੂਡੈਂਟ ਦਾ ਜਿਹੜਾ ਖਰਚਾ ਆ ਜਾਂਦਾ। ਜਰਮਨੀ ਦਾ ਖਰਚਾ ਵੀ 7-8 ਲੱਖ ਹੀ ਹੈ, ਬਟ ਉਹਦੇ 'ਚ ਬਲੋਕ ਅਕਾਊਂਟ ਹੁੰਦਾ, ਇੱਕ ਸਟੂਡੈਂਟ ਨੂੰ ਬਲੋਕ ਕਰਨਾ ਪੈਂਦਾ ਆਪਦਾ ਪੈਸਾ, ਉਹ ਪਰ ਉਹਦਾ ਹੀ ਪੈਸਾ ਹੁੰਦਾ ਉਹਨੂੰ ਹਰ ਮਹੀਨੇ ਵਾਪਸ ਮਿਲਦਾ ਰਹਿੰਦਾ। ਸੋ ਜਰਮਨੀ ਦੇ ਵਿੱਚ ਵੀ ਖਰਚਾ ਜਿਹੜਾ ਹੈਗਾ ਉਹ 7-8 ਲੱਖ ਹੀ ਹੈ। ਜੋ ਸਾਡੇ ਬੱਚਿਆਂ ਦੀ ਟੈਂਡੈਂਸੀ ਹੈ ਨਾ ਰੁਝਾਨ ਜਿਹੜਾ ਜ਼ਿਆਦਾ ਉਹ ਪੀਆਰ ਨੂੰ ਲੈ ਕੇ ਹੁੰਦਾ ਕਿ ਅਸੀਂ ਪੀਆਰ ਹੋਵਾਂਗੇ ਕਿ ਨਹੀਂ, ਜਰਮਨੀ ਤੇ ਲਾਤਵੀਆ ਵਿੱਚ ਕੀ ਪ੍ਰੋਸੈਸ? ਦੇਖੋ ਸਾਰੀਆਂ ਇਹ ਕੰਟਰੀਜ਼ ਜਿਹੜੀਆਂ ਆਪਾਂ ਕਰ ਰਹੇ ਹਾਂ ਨਾ ਜੀ, ਇੱਥੇ ਇਮੀਗ੍ਰੇਸ਼ਨ ਰੂਟ ਸਟੂਡੈਂਟਸ ਵਾਸਤੇ ਸਾਰਿਆਂ ਦੇ ਲਈ ਹੈਗੇ ਨੇ। ਜਿਵੇਂ ਅਗਰ ਆਪਾਂ ਜਰਮਨੀ ਦੀ ਗੱਲ ਕਰਦੇ ਹਾਂ, ਜਰਮਨੀ ਦੇ ਵਿੱਚ ਆਫਟਰ ਸਟੱਡੀ 1.5 ਸਾਲ ਦਾ ਤਾਂ ਸਾਨੂੰ ਓਪਨ ਵਰਕ ਪਰਮਿਟ ਦਿੰਦੇ ਨੇ ਉਹ, ਜਿਹਦੇ ਵਿੱਚ ਸਟੂਡੈਂਟ ਨੇ ਜੋਬ ਲੱਭਣੀ ਹੁੰਦੀ ਹੈ। ਸਟੂਡੈਂਟ ਨੂੰ ਜੋਬ ਮਿਲ ਗਈ ਡਿਊਰਿੰਗ ਸਟੱਡੀ ਕੇ ਸਟੱਡੀ ਆਫਟਰ ਸਟੱਡੀ ਡਿਊਰਿੰਗ ਸਟੱਡੀ ਦੇ 20 hours per week ਜੋ ਓਫੀਸ਼ਲੀ ਜੋ ਮਤਲਬ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਕੰਟਰੀ ਦੀ, ਉਹ ਤਾਂ ਬੱਚਾ ਕੰਮ ਕਰ ਹੀ ਸਕਦਾ, ਵਕੇਸ਼ਨ ਦੇ ਵਿੱਚ ਫੁੱਲ ਟਾਈਮ ਕੰਮ ਕਰ ਸਕਦਾ। ਆਫਟਰ ਸਟੱਡੀ 1.5 ਸਾਲ ਦਾ ਓਪਨ ਵਰਕ ਪਰਮਿਟ ਮਿਲਦਾ, ਜਰਮਨੀ ਦੀ ਮੈਂ ਗੱਲ ਕਰ ਰਿਹਾ। ਉਸ ਓਪਨ ਵਰਕ ਪਰਮਿਟ 'ਚ ਉਹਨੇ ਜੋਬ ਲੱਭਣੀ ਆ, ਅਗਰ 3 ਸਾਲ ਉਹ ਜੋਬ ਕਰਦਾ ਤਾਂ ਉਹ PR ਲਈ ਐਲੀਜੀਬਲ ਹੋ ਜਾਂਦਾ, ਬਲੂ ਕਾਰਡ ਆਪਾਂ ਉਹਨੂੰ ਕਹਿੰਦੇ ਹਾਂ। 3 ਸਾਲ ਜਦੋਂ ਉਹਦੇ ਪੂਰੇ ਹੋ ਜਾਂਦੇ ਆ, ਫੁੱਲ ਟਾਈਮ ਉਹਨੇ ਟੈਕਸ ਪੇ ਕਰਨਾ ਹੁੰਦਾ, 3 ਸਾਲ ਉਹਨੇ ਜੋਬ ਕਰਨੀ ਆ। ਇਸ ਤੋਂ ਬਾਅਦ ਫਰਦਰ ਅਗਰ 2 ਸਾਲ ਹੋਰ ਉਹ ਕੰਮ ਕਰਦਾ ਤਾਂ ਉਹ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੋ ਜਾਂਦਾ। ਇਸੇ ਤਰੀਕੇ ਨਾਲ ਹਰ ਇੱਕ ਕੰਟਰੀ ਦਾ ਆਪਣਾ ਰੂਲ ਆ, ਇਮੀਗ੍ਰੇਸ਼ਨ ਰੂਟਸ ਬਣੇ ਹੋਏ ਆ। ਜਿਵੇਂ ਕਈਆਂ ਨੂੰ ਇਹ ਆ ਕਿ UK ਦੇ ਵਿੱਚ PR ਨਹੀਂ ਹੁੰਦੇ ਸਟੂਡੈਂਟਸ, UK ਦੇ ਵਿੱਚ ਵੀ PR ਸਟੂਡੈਂਟ ਹੋ ਸਕਦਾ। 2019 ਦੇ ਵਿੱਚ ਨਵੀਂ ਪਾਲਿਸੀ ਆਈ ਸੀਗੀ, ਇਮੀਗ੍ਰੇਸ਼ਨ ਰੂਟ ਸ਼ੁਰੂ ਕੀਤਾ ਸੀਗਾ UK ਗਵਰਨਮੈਂਟ ਨੇ, UK VI ਨੇ। 100 ਪੁਆਇੰਟ ਟੋਟਲ ਰਿਕੁਆਇਰਡ ਆ, ਜਿਹੜੇ ਸਿਲੈਕਸ਼ਨ ਫੈਕਟਰ ਹੈਗੇ ਏਜ, ਆਇਲਸ, ਐਜੂਕੇਸ਼ਨ ਐਕਸਪੀਰੀਅੰਸ, ਔਰ 20 ਤੋਂ 21,000 pounds ਦੀ ਐਨੂਅਲ ਜੋਬ ਚਾਹੀਦੀ ਹੈ ਉੱਥੇ, ਇੰਨੀ ਸੈਲਰੀ ਦੀ। ਸੋ ਅਗਰ ਇਹ ਮਿਲ ਜਾਂਦੀ ਹੈ ਤਾਂ ਉੱਥੇ ਵੀ ਤੁਸੀਂ PR ਹੋ ਸਕਦੇ। ਬਾਕੀ ਜਿਵੇਂ ਤੁਹਾਨੂੰ ਪਤਾ ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ, ਹਾਂ 21,000 pounds ਦੇਖੋ 17-18 pounds ਮੰਥਲੀ ਅਗਰ ਕਰੀਏ ਉਹਨੂੰ ਆਪਾਂ ਇੰਟੂ 12 ਕਰ ਲਓ ਤਾਂ 21,000 ਬਣ ਜਾਂਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਜਿਹੜੇ ਬੱਚੇ ਕਿਉਂਕਿ UK ਦੇ ਵਿੱਚ ਜਿਹੜਾ ਵੀਜ਼ਾ ਮਿਲਦਾ ਉਹ ਮਿਲਦਾ ਜ਼ਿਆਦਾਤਰ ਬੈਚਲਰ ਅਤੇ ਮਾਸਟਰ ਪ੍ਰੋਗਰਾਮਸ ਨੂੰ ਪਬਲਿਕ ਯੂਨੀਵਰਸਿਟੀ 'ਚ, ਅਤੇ ਅਗਰ ਬੱਚੇ ਨੇ ਬੈਚਲਰ ਕੀਤੀ ਆ ਅਤੇ ਮਾਸਟਰ ਕੀਤੀ ਆ ਅਤੇ ਉਹਨੂੰ ਇੱਦਾਂ ਦੀ ਜੋਬ ਕੋਈ ਇੰਨਾ ਔਖਾ ਨਹੀਂ ਹੈਗਾ। ਸਰ ਕਲਾਸ 1 UK ਦਾ ਜਿਹੜਾ ਹੁਣ ਤੁਸੀਂ ਸਤੰਬਰ ਇਨਟੇਕ ਹੈ,
ਉਹਦੇ ਲਈ ਕੋਈ ਬੱਚਿਆਂ ਨੂੰ ਕੁਛ ਬਰੀਫ ਕਰਨਾ। ਸਪਤੰਬਰ ਇਨਟੇਕ ਦੇਖੋ ਜੀ ਕਲੋਜ਼ ਹੋਣ ਵਾਲਾ ਆ, ਸਾਰੇ ਸਾਡੇ ਕੋਲ ਕਾਫੀ ਯੂਨੀਵਰਸਿਟੀਜ਼ ਤਾਂ ਕਲੋਜ਼ ਵੀ ਕਰ ਚੁੱਕੀਆਂ ਸਪਤੰਬਰ ਇਨਟੇਕ, ਜਿਵੇਂ ਲਿੰਕਨ ਯੂਨੀਵਰਸਿਟੀ ਨੇ ਬੰਦ ਕਰਤਾ, ਬੈਡਫੋਰਡ ਸ਼ਹਿਰ ਦੀ ਡੇਟ ਅੱਜ ਲਾਸਟ ਆ, ਅਤੇ ਬਟ ਹਜੇ ਵੀ ਕਈ ਯੂਨੀਵਰਸਿਟੀਜ਼ ਹੈਗੀਆਂ ਜਿੱਥੇ ਆਪਾਂ ਅਪਲਾਈ ਕਰ ਸਕਦੇ ਹਾਂ। ਯੂਨੀਵਰਸਿਟੀ ਆਫ ਲੈਸਟਰ ਹਜੇ ਓਪਨ ਆ, ਬਲੂਮਸਬਰੀ ਓਪਨ ਆ, ਬਰੂਨਲ ਓਪਨ ਆ, ਬ੍ਰੈਡਫੋਰਡ ਓਪਨ ਆ, ਤੋ ਕਾਫੀ ਯੂਨੀਵਰਸਿਟੀਜ਼ ਹੈਗੀਆਂ, BBB ਯੂਨੀਵਰਸਿਟੀ ਓਪਨ ਆ, ਜਿੱਥੇ ਆਪਾਂ ਹਜੇ ਵੀ ਸਪਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਾਂ। ਸਰ, UK ਨੂੰ ਲੈ ਕੇ ਇੱਕ ਅੱਜ ਕੱਲ੍ਹ ਟਰੈਂਡ ਚੱਲ ਰਿਹਾ ਹੈ, ਕਈ ਏਜੰਟਸ ਨੇ ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ ਕਈ 3 ਲੱਖ 'ਚ ਬਾਅਦ ਭੇਜ ਰਹੇ ਨੇ, ਕਈ UK ਦਾ 12 ਲੱਖ ਦੀ ਐਡ ਚੱਲ ਰਹੀ ਹੈ, ਇਹਨਾਂ ਵਿੱਚ ਕੀ ਡਿਫਰੈਂਸ ਆ? ਦੇਖੋ 3 ਲੱਖ 'ਚ ਬਾਹਰ ਨਹੀਂ ਜਾ ਸਕਦਾ, 3 ਲੱਖ ਇੱਦਾਂ ਹੈ ਕਿ ਕਈ ਯੂਨੀਵਰਸਿਟੀਜ਼ ਕੀ ਹੈ ਜਿਹੜਾ ਇਨੀਸ਼ੀਅਲ ਡਿਪੋਜ਼ਿਟ ਆਪਣਾ ਉਹ £3,000 ਉਹ ਚਾਰਜ ਕਰਦੇ ਨੇ ਫੋਰ ਕੈਸ਼ ਲੈਟਰ, ਐਡਮਿਸ਼ਨ ਲੈਟਰ, ਅਤੇ ਉਹ £3,000 ਜਿਹੜੀ ਆ ਉਹ ਫੀਸ ਆ ਇਨੀਸ਼ੀਅਲ, ਉਹ ਪੂਰੇ ਸਾਲ ਦੀ ਜਾਂ 6 ਮਹੀਨੇ ਦੀ ਫੀਸ ਨਹੀਂ ਹੈਗੀ, ਉਹ ਹੈਗੀ ਹੈ ਸਿਰਫ ਐਡਮਿਸ਼ਨ ਲੈਟਰ ਦੇਣ ਲਈ ਫੀਸ। ਜਦੋਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਬੱਚੇ ਨੂੰ ਐਟਲੀਸਟ 1 semester ਦੀ ਫੀਸ ਤਾਂ ਪੇ ਕਰਨੀ ਹੀ ਪਏਗੀ। ਸੋ £3,000 ਦਾ ਜਾਂ 3 ਲੱਖ ਦਾ ਜਿਹੜਾ ਸਿਸਟਮ ਉਹ ਇਹੀ ਆ ਕਿ 3,000 ਦੇ ਨਾਲ ਆਪਾਂ ਕੈਸ਼ ਅਪਲਾਈ ਕਰ ਸਕਦੇ ਹਾਂ, ਕੈਸ਼ ਲੈ ਵੀ ਸਕਦੇ ਹਾਂ, ਵੀਜ਼ਾ ਵੀ ਅਪਲਾਈ ਕਰ ਸਕਦੇ ਹਾਂ, ਪਰ ਵੀਜ਼ਾ ਅਪਲਾਈ ਕਰਨ ਦਾ ਜਿਹੜਾ ਖਰਚਾ ਉਹ ਅਲੱਗ ਆ, 40,000 ਰੁਪਏ ਦੇ ਕਰੀਬ ਫੀਸ ਆ ਬੇਸਿਕ ਫੀਸ, ਅਤੇ ਇੰਸ਼ੋਰੈਂਸ ਅਗਰ ਬੈਚਲਰ ਲਈ ਬੱਚਾ ਜਾ ਰਿਹਾ ਤਾਂ 1,60,000 ਤੋਂ 70,000 ਰੁਪਈਆ ਇੰਸ਼ੋਰੈਂਸ ਲੱਗਦੀ ਆ, ਅਗਰ ਮਾਸਟਰ ਲਈ ਜਾ ਰਿਹਾ ਤਾਂ 60,000 ਤੋਂ 70,000 ਰੁਪਈਆ ਲੱਗਦਾ। ਜੋ WDIC ਦੀ ਪਾਲਿਸੀ ਹੈ, ਆਫਟਰ ਵੀਜ਼ਾ ਸਾਰੀ ਪੇਮੈਂਟ ਹੈ ਜਾਂ ਫਿਰ ਸਟੈਪ ਬਾਈ ਸਟੈਪ? ਦੋਨੇ ਆਪਸ਼ਨਸ ਅਵੇਲੇਬਲ ਆ। ਅਗਰ ਬੱਚਾ ਚਾਹੁੰਦੇ ਆ ਕਿ ਜੀ ਮੈਂ ਜ਼ਿਆਦਾ ਖਰਚਾ ਨਹੀਂ ਕਰਨਾ ਹੈਗਾ, ਮੈਂ ਆਪ ਹੀ ਪੈਸੇ ਸਾਰੇ ਭੇਜਣੇ ਆ ਜੋ ਮੇਰੇ ਲੱਗਣਗੇ, ਉਹ ਵੀ ਬੱਚਾ ਅਡੋਪਟ ਕਰ ਸਕਦਾ। ਅਗਰ ਬੱਚਾ ਕਹਿੰਦਾ ਜੀ ਕਿ ਮੈਂ ਪਹਿਲਾਂ ਕੋਈ ਪੈਸਾ ਨਹੀਂ ਪੇ ਕਰਨਾ ਹੈਗਾ, ਆਫਟਰ ਵੀਜ਼ਾ ਪੇ ਕਰਨਾ ਹੈਗਾ, ਤਾਂ ਉਹ ਵੀ ਬੱਚਾ ਆਪਣਾ ਪੈਕੇਜ ਕਰ ਅਡੋਪਟ ਕਰ ਸਕਦਾ। ਦੇਖੋ ਪੈਕੇਜ, ਅਸੀਂ ਇਹਨੂੰ ਪੈਕੇਜ ਵਰਡ ਆਪਾਂ ਯੂਜ਼ ਕਰ ਲੈਂਦੇ ਹਾਂ, ਅਦਰਵਾਈਜ਼ ਕੀ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਅਸਿਸਟ ਕਰਦੇ ਹਾਂ ਕਿ ਜੇ ਤੁਸੀਂ ਪਹਿਲਾਂ ਕੋਈ ਪੈਸਾ ਨਹੀਂ ਪੇ ਕਰਨਾ ਆਫਟਰ ਵੀਜ਼ਾ ਪੇ ਕਰਨਾ, ਤਾਂ ਕਿਵੇਂ ਆਪਾਂ ਪੇ ਕਰ ਸਕਦੇ ਹਾਂ। ਜਿਵੇਂ ਸਾਡੇ ਕੋਲ NBFCs ਜਾਂ ਬੈਂਕਸ ਹੈਗੀਆਂ ਨੇ ਜਿਹੜੀਆਂ ਕਿ ਲੋਨ ਦੇ ਰੂਪ 'ਚ ਬੱਚੇ ਨੂੰ ਪੈਸਾ ਦੇ ਦਿੰਦੀਆਂ, ਸੋ ਆਪਾਂ ਪੈਸਾ ਪੇ ਕਰਕੇ ਬੱਚੇ ਕੋਲ ਜਿਹੜਾ ਪੈਸਾ ਲੈਣਾ ਹੈਗਾ ਉਹ ਬਾਅਦ 'ਚ ਲੈ ਸਕਦੇ ਹਾਂ। ਹਾਂਜੀ ਹਾਂਜੀ, ਹਾਂ ਤਾਂ ਰਿਫਿਊਜ਼ਲ ਹੋ ਗਿਆ ਅਤੇ ਉਹ ਤਾਂ ਦੇਖੋ ਉਹਨੂੰ ਵਾਪਸ ਮਿਲ ਨਹੀਂ, ਇਹਦੇ 'ਚ ਜ਼ਿਆਦਾ ਬੋਝ ਕੋਈ ਨਹੀਂ। ਸਰ, ਇੱਕ ਫੰਡ ਰਿਗਾਰਡਿੰਗ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਵੱਡੀਆਂ ਕੰਟਰੀਆਂ ਨੇ ਫੰਡ ਵੀ ਬਹੁਤ ਵੱਡੇ ਨੇ, 13-13 ਲੱਖ 20-20 ਲੱਖ। ਦੇਖੋ ਫੰਡਸ ਤਾਂ ਬੱਚਿਆਂ ਨੂੰ ਆਪ ਹੀ ਸ਼ੋਅ ਕਰਨੇ ਪੈਣਗੇ, ਜੇ ਫਿਰ ਵੀ ਅਗਰ ਕੋਈ ਬੱਚਾ ਅਸਿਸਟੈਂਟ ਚਾਹੁੰਦਾ ਕਿ ਕੋਈ ਲੋਨ ਅਸਿਸਟੈਂਸ ਉਹਨੂੰ ਮਿਲ ਜਾਏ ਕਿਸੇ ਤਰੀਕੇ ਦੀ, ਤਾਂ ਉਹ ਅਸੀਂ ਉਹਦੀ ਹੈਲਪ ਕਰ ਦਾਂਗੇ, ਅਦਰਵਾਈਜ਼ ਬੱਚਿਆਂ ਨੂੰ ਜਿਹੜਾ ਫੰਡਸ ਆ ਉਹ ਆਪ ਹੀ ਸ਼ੋਅ ਕਰਨਾ ਪਏਗਾ।